ਸਾਨੂੰ ਕਹਿੰਦੇ ਤੇਰੇ ਕੱਪੜੇ ਫਾੜ ਦਾਂਗੇ, ਮੇਰਾ ਫੋਨ ਵੀ ਤੋੜਤਾ ਸਰ, ਸਰ ਉਹਨਾਂ ਨੇ ਮੇਰੇ ਬਾਲ ਫਾੜ ਕੇ ਮੈਨੂੰ ਖਿੱਚਿਆ, ਮੇਰੇ ਢਿੱਡ 'ਤੇ ਲੱਤਾਂ ਮਾਰੀਆਂ, ਆਹ ਮੇਰੀ ਸਰ ਰਾਤ ਰਗੜਾਂ ਲੱਗੀਆਂ ਨੇ, ਮੈਨੂੰ ਘਸੀੜਿਆ ਉਹਨਾਂ ਨੇ ਬੜੇ ਬੁਰੇ ਤਰੀਕੇ ਨਾਲ। ਲੇਡੀਜ਼ ਕਹਿੰਦੀ ਹੈ ਵੀ ਤੇਰੇ ਕੱਪੜੇ ਲਾ ਕੇ ਤੈਨੂੰ ਗਲੀ 'ਚ ਭਜਾਵਾਂਗੇ। ਇੰਨੀ ਗੱਲ ਨੂੰ ਇਹਨਾਂ ਨੂੰ ਗੰਦੀਆਂ ਲੱਗੀਆਂ, ਗਾਲਾਂ ਕੱਢਣ ਲੱਗ ਗਿਆ। ਮਾਵਾਂ ਭੈਣਾਂ ਦੀਆਂ ਗਾਲਾਂ ਨੇ, ਵੀਡੀਓ ਸਾਡੀਆਂ ਸਾਰੀਆਂ ਬਣੀਆਂ ਹੋਈਆਂ ਉਹਦੇ ਵੀਡੀਓ 'ਚ ਗਾਲ ਕੱਢ ਰਹੇ। ਬਿਲਕੁਲ ਜੀ ਬਿਲਕੁਲ, ਐਡੀਆਂ ਗੰਦੀਆਂ ਗਾਲਾਂ ਕੱਢ ਰਿਹਾ ਵੀਡੀਓ 'ਚ, ਤੁਸੀਂ ਦੇਖ ਲਓਗੇ ਵੀ ਅੱਜ ਕੱਲ੍ਹ ਕੋਈ ਮਾਂ ਧੀ ਭੈਣ ਨੂੰ ਇੱਦਾਂ ਦੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਿਸੇ ਨੂੰ ਇੱਦਾਂ ਕਿਹਾ। ਮਾਰਨ ਤੱਕ ਦੀ ਧਮਕੀ ਦਿੱਤੀਆਂ ਗਈਆਂ, ਕਹਿੰਦੇ ਵਿੱਚੋਂ ਫਾੜ ਦਾਂਗੇ, ਗਲੀ 'ਚੋਂ ਵੀ ਫੜਨ ਦਾਂਗੇ, ਤੁਹਾਨੂੰ ਘਰ ਵਿਗਾੜ ਕੇ ਤੁਹਾਨੂੰ ਮਾਰ ਦਾਂਗੇ। ਜੋ ਬੰਦਾ ਅੱਗੇ ਕਹਿੰਦਾ ਬੀਬੀ ਤੂੰ ਕੌਣ ਹੈ, ਇਹ ਕਹਿੰਦੇ ਵੀ ਮੈਂ ਤਾਂ ਇਹਨੂੰ ਵਿਚਾਰੇ ਨੂੰ ਦੇਖਣ ਆਈ ਹਾਂ, ਮੈਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਕੋਈ ਦੋਸਤ ਨੂੰ ਪ੍ਰੋਬਲਮ ਆ ਰਹੀ ਹੈ, ਤੂੰ ਕਿੱਥੋਂ ਆ ਗਈ ਹੈ, ਇਹਨਾਂ ਨੇ ਦੱਸਿਆ ਮੈਂ NGO ਤੋਂ ਹਾਂ, NGO ਸਭ ਅਸੀਂ ਦੇਖ ਲਾਂਗੇ ਕੁੱਤੇ ਅਸੀਂ ਮਾਰ ਦੇਣੇ, ਕਹਿੰਦੇ ਤੂੰ ਇੱਦਾਂ ਕਿੱਦਾਂ ਕੁੱਤੇ ਮਾਰਦੇ ਆ, ਉਹ ਵਿਚਾਰਾ ਬੇਜੁਬਾਨ ਹੈ। ਪੀਟ ਨਹੀਂ ਕਰਾਉਣੀ, ਨਾ ਡੋਗ ਬਣਨ ਦੇਣੇ, ਨਾ ਤੁਹਾਨੂੰ ਬਣਨ ਦੇਣਾ, ਕਿ ਜਿਹੜਾ ਡਾ ਕਰਾਊਗਾ ਉਹਨਾਂ ਨੂੰ ਵੱਢਣਾ ਨਾ ਕਹਿੰਦੇ। ਔਰ ਤੂੰ NTA ਮੇਰੇ ਪੂਰੀ ਪੰਚਾਇਤ ਵੀ ਤੂੰ ਚੱਕ, ਕਹਿੰਦੇ ਜੀ ਪੂਰੀ ਗਲੀ ਮਹੱਲਾ ਕਹਿੰਦੇ, ਕਹਿੰਦੇ ਸੀ ਕਰ ਲਾਂਗੇ ਜੋ ਕਰਾਂਗੇ, ਆ ਸਰ ਨੂੰ ਵੀ ਕਹਿੰਦੇ ਤੁਸੀਂ ਆਪਣੀ NGO ਚਲਾ ਲਓ, ਕਹਿੰਦੇ ਅਸੀਂ ਆਪਣੀ NGO ਹੋਰ ਸ਼ਹਿਰਾਂ ਬਦਮਾਸ਼ੀ ਕਰ ਰਹੇ ਜੀ, ਕਿ ਜੇ ਪਾਣੀ ਦੇ ਬਰਤਨ ਇੱਥੋਂ ਨਹੀਂ ਚੱਕਣਗੇ ਤਾਂ ਅਸੀਂ ਉਹਨਾਂ 'ਚ ਜ਼ਹਿਰ ਮਿਲਾਵਾਂਗੇ, ਕਿ ਕੋਈ ਤੁਹਾਡੀ NGO ਜੋ ਕਰ ਸਕਦੀ ਹੈ ਕਰੇਗਾ। ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨਹੀਂ ਸੀ, ਐਨੀ ਬੜੀ ਕੋਈ ਵੀ ਬੰਦਾ ਕਿਸੇ ਵੀ ਐਨੀਮਲ ਨੂੰ ਖਾਣਾ ਦੇ ਸਕਦਾ ਆਪਣਾ ਇੰਡੀਆ ਦਾ ਜਿਹੜਾ ਲੋਕ। ਲੁਧਿਆਣਾ ਦੇ ਵਿਦਵਾਨ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਡੋਗ ਜਿਹਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਪਾਲਦੇ ਹਾਂ, ਪਾਲਣ ਤੋਂ ਬਾਅਦ ਉਹਨਾਂ ਦੀ ਕੇਅਰ ਕਰਦੇ ਹਾਂ, ਸਟਰੀਟ ਡੋਗ ਉਹ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਨੇ ਖਾਣਾ ਪਾਉਂਦੇ ਨੇ, ਫੀਡਿੰਗ ਪਾਉਂਦੇ ਨੇ, ਲੇਕਿਨ ਕਈ ਵਾਰ ਸਟਰੀਟ ਡੋਗ ਦੇ ਉੱਤੇ ਇੱਕ ਮੁਹਿੰਮ ਵੀ ਚੱਲੀ ਹੈ ਕਿ ਉਹਨਾਂ ਨੇ ਨਸ਼ਬੰਦੀ ਕਰਤੀ ਜਾਵੇ ਤਾਂ ਕਿ ਉਹ ਬਾਈਟ ਕਰਦੇ ਨੇ, ਬਾਈਟ ਕਰਨ ਤੋਂ ਬਾਅਦ ਕੁੱਤਿਆਂ ਦਾ ਆਤੰਕ ਜਿਹੜਾ ਫੈਲ ਜਾਂਦਾ ਵੈ। ਲੇਕਿਨ ਐਸਾ ਇੱਕ ਮਾਮਲਾ ਸਾਹਮਣੇ ਆਉਂਦਾ ਵੈ ਦੁਗਰੀ ਇਲਾਕੇ ਦੇ ਵਿੱਚ, ਜਿੱਥੇ ਫੀਡਿੰਗ ਕਰਾਉਣ ਨੂੰ ਲੈ ਕੇ ਡੋਗ ਨੂੰ ਉੱਥੇ ਲੜਾਈ ਝਗੜਾ ਹੋ ਜਾਂਦਾ, ਇੱਕ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਜਾਂਦੀ, ਉਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ, ਲੇਕਿਨ ਉਸ ਗੱਲ ਵੀ ਕਰਦੇ ਆ। ਮੇਰਾ ਨਾਮ ਨੇਹਾ ਏ, ਸਾਡੇ ਘਰ ਮੈਮ ਆਏ ਸੀਗੇ ਜਿਹੜੇ ਡੋਗ NGO ਤੋਂ ਕੰਮ ਕਰਦੇ ਨੇ, ਸਾਡੇ ਵੈਸੇ ਗੈਟ ਟੂਗੈਦਰ ਕਰਨ ਲਈ ਆਏ ਸੀਗੇ, ਤਾਂ ਬਾਹਰ ਡੋਗਿਆਂ ਨੂੰ ਥੋੜ੍ਹੀ ਪ੍ਰੋਬਲਮ ਹੋਈ ਵੀ, ਉਹਨਾਂ ਨੂੰ ਥੋੜ੍ਹੀ ਐਲਰਜੀ ਵਗੈਰਾ ਹੋਈ ਵੀ, ਤਾਂ ਮੈਮ ਦੇਖਣ ਲੱਗ ਗਏ, ਮੈਂ ਫੀਡ ਕਰਾ ਰਹੀ ਸੀ ਉਹਨਾਂ ਨੂੰ, ਅਤੇ ਨਾਲ ਤੋਂ ਪਰਸਨ ਖੜਿਆ ਸੀਗਾ, ਉਹ ਸਾਨੂੰ ਦੇਖਿਆ ਨਹੀਂ ਕੋਈ ਲੇਡੀ ਸੀ ਜੈਂਟ ਸੀ ਇਹ ਨਹੀਂ ਸਾਨੂੰ ਪਤਾ, ਪਰਸਨ ਖੜਿਆ ਸੀਗਾ ਨਾਲ, ਅਤੇ ਉਹ ਇਹਨਾਂ ਨੂੰ ਗਾਲਾਂ ਕੱਢਣ ਲੱਗੇ ਕਿ ਤੁਸੀਂ ਕਿਉਂ ਆਏ ਹੋ, ਕੀ ਕਰਦੇ ਪਏ, ਡੋਗਿਆਂ ਨੂੰ ਕਿਉਂ ਕਰ ਰਹੇ ਹੋ, ਕੀ ਕਿਉਂ ਆਪਾਂ ਨੂੰ ਖੜੇ ਹੋ ਇੱਥੇ, ਹੈ ਨਾ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਸਾਡੇ ਘਰ ਆਏ, ਤੁਸੀਂ ਕਾਹਨੂੰ ਗਾਲਾਂ ਕੱਢਦੇ ਪਏ ਹੋ, ਸਰ ਉਹਨਾਂ ਨੇ ਮੇਰੇ ਬਾਲ ਫੜ ਕੇ ਮੈਨੂੰ ਖਿੱਚਿਆ, ਮੇਰੇ ਢਿੱਡ 'ਤੇ ਲੱਤਾਂ ਮਾਰੀਆਂ, ਆਹ ਮੇਰੀ ਸਰ ਰਾਤ ਰਗੜਾਂ ਲੱਗੀਆਂ ਨੇ, ਮੈਨੂੰ ਘਸੀੜਿਆ ਉਹਨਾਂ ਨੇ ਬੜੇ ਬੁਰੇ ਤਰੀਕੇ ਨਾਲ, ਸਾਨੂੰ ਕਹਿੰਦੇ ਤੇਰੇ ਕੱਪੜੇ ਫਾੜ ਦਾਂਗੇ, ਮੇਰਾ ਫੋਨ ਵੀ ਤੋੜਤਾ ਸਰ, ਆਹ ਦੇਖੋ ਮੈਨੂੰ ਘਸੀੜ ਕੇ ਥੱਲੇ ਸਿੱਟਿਆ, ਮੇਰਾ ਫੋਨ ਵੀ ਸਾਰਾ ਟੁੱਟ ਗਿਆ, ਸਾਨੂੰ ਮਾਰਨ ਤੱਕ ਦੀ ਧਮਕੀਆਂ ਦਿੱਤੀਆਂ ਗਈਆਂ, ਕਹਿੰਦੇ ਵਿੱਚੋਂ ਫਾੜ ਦਾਂਗੇ, ਗਲੀ 'ਚੋਂ ਨਹੀਂ ਵੜਨ ਦਾਂਗੇ, ਤੁਹਾਨੂੰ ਘਰ ਵਿਗਾੜ ਕੇ ਤੁਹਾਨੂੰ ਮਾਰ ਦਾਂਗੇ। ਕਿਉਂ ਇੰਨੀ ਤਕੜੀ ਬਦਮਾਸ਼ ਨੇ? ਨਹੀਂ ਸਰ, ਐਕਚੁਲੀ ਨਾ ਡੋਗੀਆਂ ਕਰਕੇ ਕਰ ਰਹੇ ਨੇ ਕਿ ਡੋਗੀਆਂ ਤੁਸੀਂ ਕਿਉਂ ਕੱਢਦੇ ਹੋ, ਕਿਉਂ ਫੀਡ ਕਰਾਉਂਦੇ ਹੋ, ਕਿਉਂ ਗਲੀ 'ਚ ਆਉਂਦੇ ਹੋ, ਕੁਛ ਨਹੀਂ ਕਹਿੰਦੇ ਕਿਸੇ ਨੂੰ, ਕਹਿੰਦੇ ਕਿ ਡੋਗ ਫੀਡ ਨਹੀਂ ਕਰਾਉਣੀ, ਨਾ ਡੋਗ ਬਣਨ ਦੇਣੇ, ਨਾ ਤੁਹਾਨੂੰ ਬਣਨ ਦੇਣਾ, ਇੱਥੇ ਜਿਹੜਾ ਡਾਟਾ ਕਰਾਊਗਾ ਉਹਨਾਂ ਨੂੰ ਵੱਢ ਦੇਣਾ ਕਹਿੰਦੇ ਤੁਸੀਂ। ਪੂਰਾ ਇਲਾਕਾ ਹੀ ਡੋਗ ਨੂੰ ਪਸੰਦ ਨਹੀਂ ਕਰਦਾ? ਹਾਂਜੀ ਸਰ, ਸਾਡੇ ਗਲੀ ਵਾਲੇ ਤਾਂ ਖਾਸ ਕਰਕੇ। ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ, ਐਨੀ ਬੜੀ ਕੋਈ ਵੀ ਬੰਦਾ ਕਿਸੇ ਵੀ ਐਨੀਮਲ ਨੂੰ ਖਾਣਾ ਦੇ ਸਕਦਾ ਆਪਣਾ ਇੰਡੀਆ ਦਾ ਜਿਹੜਾ ਲੋਕ। ਸੁਪਰੀਮ ਕੋਰਟ ਨੇ ਫੀਡਰਸ ਨੂੰ ਈਵਨ ਤੱਕ ਹੀ ਕਈ ਰਾਈਟਸ ਵੀ ਦਿੱਤੇ ਨੇ, ਪ੍ਰੋਟੈਕਸ਼ਨ ਤੱਕ ਦੇ ਰਾਈਟਸ ਦਿੱਤੇ ਨੇ ਜੇ ਕਿਸੇ ਨਾਲ ਕੋਈ ਹਮਲਾ ਹੁੰਦਾ ਜਾਂ ਕੁਛ ਹੁੰਦਾ, ਉਹਦੇ ਲਈ ਅਲੱਗ ਸੈਕਸ਼ਨਸ ਵੀ ਬਣਾਈਆਂ ਨੇ। ਅਤੇ ਤੁਸੀਂ ਹਿਸਾਬ ਲਾ ਲਓ, ਇੱਕ ਬੇਜ਼ੁਬਾਨ ਜਿਹੜਾ ਬੋਲ ਕੇ ਦੱਸ ਨਹੀਂ ਸਕਦਾ, ਅੱਜ ਦੀ ਡੇਟ 'ਚ 45 ਡਿਗਰੀ ਦੇ ਉੱਤੇ ਟੈਂਪਰੇਚਰ ਜਾ ਰਿਹਾ, ਠੀਕ ਹੈ, ਇੱਕ ਜੇ ਇੱਕ ਐਡੀ ਗਰਮੀ ਦੇ ਵਿੱਚ ਜੇ ਉੱਤੋਂ ਭੁੱਖਾ ਹੋਵੇ, ਖਾਣਾ ਨਾ ਮਿਲੇ, ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਇਹ ਚੀਜ਼ ਸਮਝ ਕਿਉਂ ਨਹੀਂ ਲੱਗਦੀ ਵੀ ਜੇ ਕੁੱਤਾ ਭੁੱਖਾ ਹੋਊਗਾ ਆਪਾਂ ਇੱਕ ਦਿਨ ਖਾਣਾ ਨਾ ਖਾਈਏ ਆਪਣੇ 'ਤੇ ਕੀ ਬੀਤੇਗੀ, ਇੱਕ ਉੱਤੋਂ ਐਡੀ ਗਰਮੀ ਹੈ, ਇਹ ਹਾਲ ਕਰਦੇ ਨੇ। ਇੱਕ ਇਹ ਵਿਚਾਰਾ ਜੇ ਕੋਈ ਸੇਵਾ ਕਰਦਾ,
ਉਹਦੇ ਨਾਲ ਇੱਦਾਂ ਦਾ ਦੁਰਵਿਹਾਰ ਕੀਤਾ ਜਾਂਦਾ, ਠੀਕ ਹੈ। ਮੈਨੂੰ ਇਹਨਾਂ ਦੀ ਕੋਲ ਆਈ ਵੀ ਇੱਦਾਂ ਦਾ ਅਸੀਂ ਖਾਣਾ ਪਾ ਦਿੰਦੇ ਹਾਂ ਵੀ ਚਲੋ ਡੋਗਸ ਦੇ ਇੱਦਾਂ ਮਤਲਬ ਨਾ ਆਂਢ ਗੁਆਂਢ ਕਿਤੇ ਗਲੀ ਦੇ ਵਿੱਚ ਕੋਈ ਤੰਗ ਪਰੇਸ਼ਾਨ ਕਰਦੇ ਨੇ। ਮੈਂ ਆਪਣੇ NGO ਦੇ ਮੈਂਬਰ ਨੇ, ਸਾਡੇ ਈਸ਼ਾ ਜੀ ਹੋਰ ਨੇ, ਸਾਡੇ ਗਰੁੱਪ 'ਚ ਮੈਸੇਜ ਆਇਆ, ਇਹ ਕਹਿੰਦੇ ਅਸੀਂ ਜਾ ਕੇ ਦੇਖ ਆਈਏ ਵੀ ਵਿਚਾਰੇ ਡੋਗਸ ਨੂੰ, ਦੇਖ ਲੈਂਦੇ ਹਾਂ ਵੀ ਵਿਚਾਰਿਆਂ ਨੂੰ ਕੋਈ ਪ੍ਰੋਬਲਮ ਹੈ, ਕੋਈ ਬਿਮਾਰ ਤਾਂ ਨਹੀਂ, ਕਈ ਵਾਰੀ ਗਰਮੀ ਨਾਲ ਬਿਮਾਰ ਹੋ ਜਾਂਦਾ, ਕੋਈ ਬੁਖਾਰ ਹੋ ਜਾਂਦਾ, ਤਾਂ ਕਰਕੇ ਕੋਈ ਡੋਗ ਉੱਦਾਂ ਬਿਹੇਵ ਕਰਨ ਲੱਗ ਜਾਂਦਾ। ਇਹ ਜਸਟ ਦੇਖਣਗੇ ਨੇ, ਆ ਈਸ਼ਾ ਜੀ ਸਾਡੇ ਹੈਗੇ ਨੇ ਮੈਂਬਰ ਹੈਲਪ ਫੋਰ ਐਨੀਮਲ ਦੇ ਹੋਰ ਮੈਂਬਰ ਨੇ, ਅਤੇ ਜਦੋਂ ਉੱਥੇ ਪਹੁੰਚੇ ਨੇ ਇਹ ਇਹਨਾਂ ਨੇ ਕਿ ਡੋਗ ਨੂੰ ਵਿਚਾਰੇ ਨੂੰ ਪਿਆਰ ਕਰਦੇ ਦੇਖਦੇ ਪਏ ਸੀ, ਇੱਕ ਬੰਦਾ ਆਇਆ ਆ ਕੇ ਕਹਿੰਦਾ ਹਾਂ ਬੀਬੀ ਤੂੰ ਕੌਣ ਹੈ, ਅਤੇ ਜਦੋਂ ਮੈਂ ਉੱਥੇ ਪਹੁੰਚਿਆ 10 ਮਿੰਟ ਬਾਅਦ ਮੈਨੂੰ ਸਾਰੀ ਗੱਲ ਦੱਸੀ, ਉਹ ਬੰਦਾ ਆ ਕੇ ਕਹਿੰਦਾ ਬੀਬੀ ਤੂੰ ਕੌਣ ਹੈ, ਇਹ ਕਹਿੰਦੇ ਵੀ ਮੈਂ ਤਾਂ ਇਹਨੂੰ ਵਿਚਾਰੇ ਨੂੰ ਦੇਖਣ ਆਈ ਹਾਂ, ਮੈਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਕੋਈ ਡੋਗ ਨੂੰ ਪ੍ਰੋਬਲਮ ਆ ਰਹੀ ਹੈ, ਤੂੰ ਕਿੱਥੋਂ ਆ ਗਈ ਹੈ, ਇਹਨਾਂ ਨੇ ਦੱਸਿਆ ਮੈਂ NGO ਤੋਂ ਹਾਂ, NGO ਸਭ ਅਸੀਂ ਦੇਖ ਲਾਂਗੇ ਕੁੱਤੇ ਅਸੀਂ ਮਾਰ ਦੇਣੇ, ਕਹਿੰਦੀ ਤੂੰ ਇੱਦਾਂ ਕਿੱਦਾਂ ਕੁੱਤੇ ਮਾਰ ਦੇਗਾ, ਉਹ ਵਿਚਾਰਾ ਬੇਜ਼ੁਬਾਨ ਹੈ, ਇੰਨੀ ਗੱਲ ਨੂੰ ਇਹਨਾਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਗਿਆ, ਮਾਵਾਂ ਭੈਣਾਂ ਦੀਆਂ ਗਾਲਾਂ ਨੇ, ਵੀਡੀਓ ਸਾਡੀਆਂ ਸਾਰੀਆਂ ਬਣੀਆਂ ਹੋਈਆਂ, ਮਤਲਬ ਵੀਡੀਓ 'ਚ ਗਾਲ ਕੱਢ ਰਿਹਾ, ਬਿਲਕੁਲ ਜੀ ਬਿਲਕੁਲ, ਐਡੀਆਂ ਗੰਦੀਆਂ ਗਾਲਾਂ ਕੱਢ ਰਿਹਾ ਵੀਡੀਓ 'ਚ, ਤੁਸੀਂ ਦੇਖ ਲਓਗੇ ਵੀ ਅੱਜ ਕੱਲ੍ਹ ਕੋਈ ਮਾਂ ਧੀ ਭੈਣ ਇੱਦਾਂ ਦੀ ਜੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਿਸੇ ਨੂੰ ਇੱਦਾਂ ਕਿਹਾ। ਦੇਖੋ ਉਹ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਹੈਗੀਆਂ, ਜਦੋਂ ਇਹ ਕਹਿੰਦੇ ਵੀ ਮੈਂ ਬੁਲਾਇਆ ਮੇਰਾ ਘਰ ਹੈ, ਇਹ ਆ ਕੇ ਦੇਖਣ ਲੱਗੇ ਤੈਨੂੰ ਕੀ ਦਿੱਕਤ ਹੈ, ਅਤੇ ਇਹਨੇ ਨੂੰ ਇਹਨਾਂ ਨਾਲ ਹਾਥਾਪਾਈ ਗੱਲ ਕਰਨੀ ਸ਼ੁਰੂ ਕਰਤੀ, ਇਹਨਾਂ ਨਾਲ ਗਲਤ ਇੰਟੈਂਸ਼ਨਲੀ ਟੱਚ ਕੀਤਾ ਜੋ ਵੀ ਹੈ, ਹੈ ਨਾ, ਵੀ ਇਹਨਾਂ ਨਾਲ ਮਿਸਬਿਹੇਵ ਸ਼ੁਰੂ ਕਰਤਾ, ਵੀਡੀਓਗ੍ਰਾਫੀ ਸਾਰੀ ਬਣੀ ਹੋਈ ਹੈ ਜੀ, ਦੇਖੋ ਗਾਲਾਂ ਕੱਢਣ ਦੀ ਵੀ ਵੀਡੀਓ ਬਣੀ ਹੋਈ ਹੈ। ਥਾਣਾ ਕਿਹੜਾ ਲੱਗ ਪੈਂਦਾ ਮਨੀ ਬਾਈ? ਇਹ ਥਾਣਾ ਪੈਂਦਾ ਜੀ ਡੁਗਰੀ। ਮੈਂ ਕੰਪਲੇਂਟ ਕੀਤੀ, ਬਿਲਕੁਲ ਜੀ ਬਿਲਕੁਲ, ਉਸੇ ਟਾਈਮ 112 ਨੰਬਰ 'ਤੇ ਐਸੇ ਫੋਨ ਕੀਤਾ, ਇਹ ਇਤਲਾਹ ਦਿੱਤੀ ਗਈ 112 'ਤੇ, ਉਸੇ ਟਾਈਮ ਮੈਂ SHO ਸਾਹਿਬ ਦੀ, ਮੇਰੇ ਕੋਲ ਫੋਨ 'ਤੇ ਰਿਕੋਰਡਿੰਗ ਵੀ ਹੈ, SHO ਸਾਹਿਬ ਨੂੰ ਮੈਂ ਫੋਨ ਕੀਤਾ, ਉਹ ਕਹਿੰਦੇ ਮੈਂ ਡਿਊਟੀ ਅਫਸਰ ਭੇਜ ਦਿੰਦਾ। ਡਿਊਟੀ ਅਫਸਰ ਦਿਲਬਾਗ ਸਿੰਘ ਸੀ ਮੇਰੀ, ਉਹਦੇ ਨਾਲ ਗੱਲ ਹੋਈ, ਉਹ ਕਹਿੰਦਾ ਵੀ ਮੈਂ ਕਿਤੇ ਮੌਕੇ 'ਤੇ ਫਸਿਆ ਹੋਇਆ, ਕੋਈ ਚੋਰੀ ਚੂਰੀ ਹੋ ਗਈ ਉੱਧਰ। ਮੈਂ ਕਿਹਾ ਦੇਖੋ ਜੀ, ਧੀਆਂ ਭੈਣਾਂ ਨਾਲ ਇੱਦਾਂ ਦੀ ਬਦਸਲੂਕੀ ਕੀਤੀ ਜਾ ਰਹੀ ਹੈ, ਸਾਹਮਣੇ ਘਰ ਆ, ਉਹ ਤਾਂ ਕਹਿੰਦਾ ਇਹੋ ਜਿਹੀਆਂ ਗੱਲਾਂ, ਕਹਿੰਦਾ ਮੈਂ ਪਾੜ ਦੂੰ ਇੱਦਾਂ ਦਾ ਕੁਛ, ਮੈਂ ਤਾਂ ਬੋਲ ਵੀ ਨਹੀਂ ਸਕਦਾ ਜੀ ਕੈਮਰੇ ਅੱਗੇ ਜੋ ਗੱਲਾਂ ਉਹਨੇ ਕਹੀਆਂ, ਠੀਕ ਹੈ ਜੀ, ਜੋ ਮੈਨੂੰ ਉਹਨਾਂ ਦੱਸਿਆ ਉਹ ਗੱਲਾਂ ਕੈਮਰੇ ਅੱਗੇ ਵੀ ਨਹੀਂ ਮੈਂ ਕਹਿ ਸਕਦਾ, ਜਿਹੜੀਆਂ ਇਹੋ ਜਿਹੀਆਂ ਬੰਦਾ ਗੱਲਾਂ ਕਰ ਰਿਹਾ ਤੇ ਰਾਤ ਬਰਾਤ ਕੋਈ 19-21 ਕਰ ਜੇ, ਕੌਣ ਰਿਸਪੋਨਸੀਬਲ ਹੋਏਗਾ? ਤੁਸੀਂ ਹੁਣ ਸੇਫ ਹੋ ਵੈਸੇ? ਨਹੀਂ ਸਰ, ਇੱਕ ਘਰ ਦੇ ਜਿਹੜੀ ਗਲੀ ਦੀ ਜਨਾਨੀ ਹੈ ਲੇਡੀਜ਼, ਉਹ ਮੈਨੂੰ ਕਹਿੰਦੇ ਤੇਰੇ ਅਸੀਂ ਮਤਲਬ ਮੈਂ ਬੋਲ ਨਹੀਂ ਸਕਦੀ, ਕਹਿੰਦੇ ਕਿ ਤੈਨੂੰ ਗਲੀ 'ਚ ਅਸੀਂ ਨੰਗਾ ਹੀ ਘਰੋ ਕਰਕੇ ਤੈਨੂੰ ਗਲੀ 'ਚ ਫਿਰਾਵਾਂਗੇ ਪੂਰਾ, ਤੈਨੂੰ ਕੱਪੜੇ ਲਾ ਕੇ ਕਹਿੰਦੇ ਮੈਂ ਫਾਦਰ, ਕੱਪੜੇ ਫਾੜ ਕੇ ਕਹਿੰਦੇ ਤੈਨੂੰ ਗਲੀ 'ਚ ਘੁਮਾਵਾਂਗੇ, ਮੈਂ ਫਾਦਰ ਨਹੀਂ ਜੀ, ਹਾਂਜੀ ਫਾਦਰ, ਤੁਸੀਂ ਤੁਹਾਡੀ ਸਾਹਿਬ ਨੇ ਕੀ ਕਹੀਗਾ? ਲੇਡੀਜ਼ ਕਹਿੰਦੀ ਹੈ ਵੀ ਤੇਰੇ ਕੱਪੜੇ ਲਾ ਕੇ ਤੈਨੂੰ ਗਲੀ 'ਚ ਭਜਾਵਾਂਗੇ, ਅਸੀਂ ਘਰ ਜਾਣ ਲਈ ਸੇਫ ਨਹੀਂ ਹੈ। ਮੇਰੀ ਇੱਕ ਵੱਡੀ ਬੇਟੀ ਹੈ, ਉਹ ਵੀ ਆਈ ਹੋਈ ਹੈ, ਉਹਦੀ ਡਿਲੀਵਰੀ ਹੋਈ ਹੈ, ਬੱਚਾ 1.25 ਮਹੀਨੇ ਦਾ, ਮੈਂ ਇੰਨਾ ਅਨਸੇਫ ਮਹਿਸੂਸ ਕਰ ਰਿਹਾ, ਮੇਰਾ ਕਸੂਰ ਇਹ ਹੈ ਵੀ ਸਿਰਫ ਮੈਂ ਜਿਹੜੇ ਡੋਗ ਨੇ ਸਟੀਟ ਡੋਗ ਵਗੈਰਾ ਵਗੈਰਾ ਨੇ, ਮੈਂ ਉਹਨਾਂ ਨੂੰ ਫੀਡ ਕਰਦਾ, ਪਾਣੀ ਵਗੈਰਾ ਰੱਖਿਆ, ਔਰ ਤੂੰ ਐਂਟੀ ਹੈ ਮੇਰੇ ਪੂਰੀ ਪੰਚਾਇਤ ਵੀ ਤੂੰ ਚੱਕ, ਕਹਿੰਦੇ ਜੀ ਪੂਰੀ ਗਲੀ ਮਰਲਾ, ਕਹਿੰਦੇ ਸੀ ਕਰ ਲਾਂਗੇ ਜੋ ਕਰਾਂਗੇ, ਜਾਂ ਸਰ ਨੂੰ ਵੀ ਕਹਿੰਦੇ ਤੁਸੀਂ ਆਪਣੀ NGO ਚਲਾ ਲਓ, ਕਹਿੰਦੇ ਅਸੀਂ ਆਪਣੀ NGO ਸ਼ਹਿਰਾਂ ਬਦਮਾਸ਼ੀ ਕਰ ਰਹੇ ਜੀ। ਤੁਸੀਂ ਨਾਲ ਸੀਗੇ ਉਸ ਸਮੇਂ ਜਦੋਂ ਤੁਸੀਂ ਗਏ ਹੋ ਗਿਆ ਜੀ, ਜਦੋਂ ਉੱਥੇ ਗਏ ਹੋ ਪਹੁੰਚੋ ਕੀ ਹਾਲਾਤ ਸੀ? ਸ਼ੇਖਰ ਬਾਈ ਜੀ ਸਹੀ ਸੀ, ਜਿੱਦਾਂ ਮਨੀ ਜੀ ਨੇ ਦੱਸਿਆ ਸੀ ਡੌਗ ਨੂੰ ਦੇਖ ਰਹੇ ਸੀਗੇ, ਸਾਨੂੰ ਲੱਗਿਆ ਕਿ ਕੋਈ ਡੌਗ ਬਿਮਾਰ ਹੈ, ਤਾਂ ਇਦਾਂ ਹੀ ਕੋਈ ਇਹਨਾਂ ਦੇ ਨੇਬਰ ਚੋਂ ਆਇਆ ਤਾਂ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ, ਤਾਂ ਮੈਂ ਕਿਹਾ ਕੁਛ ਨਹੀਂ, ਅਸੀਂ ਸਿਰਫ ਡੌਗ ਨੂੰ ਦੇਖਣ ਆਏ ਹਾਂ। ਤੇ ਇਦਾਂ ਹੀ ਮਤਲਬ ਇੱਕਦਮ ਇੱਕ ਲੇਡੀ ਨੇ ਆਪਣੇ ਮਤਲਬ 10-15 ਬੰਦਿਆਂ ਨੂੰ ਕਾਲ ਕਰਕੇ ਬੁਲਾ ਲਿਆ ਕਿ ਇੱਦਾਂ NGO ਵਾਲੇ ਆਏ ਹੋਏ ਨੇ, ਤੁਸੀਂ ਆ ਜਾਓ, ਡੌਗਸ ਦੀ ਸਪੋਰਟ ਚਾਹੀਏ ਕਿ ਅਸੀਂ ਗਲੀ ਚੋਂ ਡੌਗਸ ਨੂੰ ਕੱਢਣਾ। ਈਵਨ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜਿਹੜੇ ਇਹਨਾਂ ਨੇ ਆਪਣੇ ਘਰ ਦੇ ਬਾਹਰ ਪਾਣੀ ਦੇ ਬਰਤਨ ਰੱਖੇ ਹੈ ਕਿ ਜੇ ਪਾਣੀ ਦੇ ਬਰਤਨ ਇੱਥੋਂ ਨਹੀਂ ਚੱਕਣਗੇ ਤਾਂ ਅਸੀਂ ਉਹਨਾਂ 'ਚ ਜ਼ਹਿਰ ਮਿਲਾਵਾਂਗੇ, ਤੇ ਤੁਹਾਡੀ NGO ਜੋ ਕਰ ਸਕਦੀ ਹੈ ਕਰੇਗੀ। ਬਿਲਕੁਲ ਸ਼ਰੇਆਮ ਸੇਵਾ ਕਰ ਰਿਹਾ।
ਲੇਕਿਨ NGO ਤੇ ਨੇ ਲਗਾਤਾਰ ਕਈ ਪਰਚੇ ਦਰਜ ਵੀ ਕਰਾਏ ਨੇ, ਲੇਕਿਨ ਇੱਕ ਮਹਿਲਾ ਨੂੰ ਜਿਹੜਾ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾਣਗੇ ਤਾਂ ਉਹ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਜਿਹੜੀ ਕੀਤੀ ਹੈ, ਜਿਹਦੇ ਗਾਲੀ ਗਲੋਚ ਕੱਢੀ ਜਾ ਰਹੀ ਹੈ, ਪੁਲਿਸ ਨੂੰ ਜਿਹੜੀ ਕੰਪਲੇਂਟ ਦੇ ਦਿੱਤੀ ਗਈ ਹੈ, ਮੈਡੀਕਲ ਜਿਹੜਾ ਇਹਨਾਂ ਨੇ ਕਰਾ ਦਿੱਤਾ ਗਿਆ। ਹੁਣ ਦੇਖਦੇ ਹਾਂ ਦਿਲਬਾਗ ਦੇ ਨਾਲ ਗੱਲਬਾਤ ਕਰਦੇ ਹਾਂ, ਆਖਿਰ ਮਾਮਲੇ ਦੇ ਵਿੱਚ ਨਵਾਂ ਤੂਲ ਕੀ ਆਇਆ। ਕੈਮਰਾਮੈਨ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ।